वाहिगुरु जी का खालसा, वाहिगुरु जी की फतेह। अज आपां महत्वपूर्ण विषय ते सांझ पाउण लगे हां। विशा है साडी जिंदगी दे नाल संबंधित कि असी जिंदगी दे विचों बहुत सारी नकारात्मकता दूर कर सकते हाँ, दुरभाग आपदा दूर कर सकते हाँ, सीधे रस्ते ते आ सकते हाँ, एक चंगी सेहतयाब जिंदगी बतीत कर सकते हाँ, जेकर मिट्टी दे बने कुछ बर्तना की मदद लैन लग जाइए। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੀ ਦੌੜ ਭੱਜ ਵਾਲੇ ਵੇਲੇ ਦੇ ਵਿੱਚ ਸਮੇਂ ਦੇ ਵਿੱਚ ਸਾਡੇ ਸਾਰਿਆਂ ਕੋਲ ਸਮੇਂ ਦੀ ਕਮੀ ਆ ਗਈ ਹੈ, ਘਾਟ ਆ ਗਈ ਹੈ। ਇਹੀ ਕਾਰਨ ਹੈ ਕਿ ਜਿਹੜੀਆਂ ਪੁਰਾਣੇ ਸਮੇਂ ਦੀਆਂ ਟ੍ਰੈਡੀਸ਼ਨਲ ਚੀਜ਼ਾਂ ਸੀ ਉਹਨਾਂ ਦੀ ਥਾਂ ਅੱਜ ਦੀਆਂ ਮਾਡਰਨ ਚੀਜ਼ਾਂ ਨੇ ਲੈ ਲਈ ਹੈ। ਪਰ ਹਰ ਇੱਕ ਚੀਜ਼ ਨੂੰ ਬਦਲ ਦੇਣਾ, ਹਰ ਇੱਕ ਚੀਜ਼ ਦੇ ਬਦਲ ਦੇ ਤੌਰ ਤੇ ਕੋਈ ਨਵੀਂ ਚੀਜ਼ ਦੇ ਦੇਣੀ, ਇਹ ਵੀ ਇੱਕ ਸਟੀਕ ਹੱਲ ਨਹੀਂ। ਕੁਛ ਚੀਜ਼ਾਂ ਉਵੇਂ ਦੀਆਂ ਉਵੇਂ ਰਹਿਣੀਆਂ ਚਾਹੀਦੀਆਂ ਨੇ, ਜਿਵੇਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਨੇ ਐਸ ਇਟ ਇਜ਼, ਤਾਂ ਬਿਹਤਰ ਹੁੰਦੀਆਂ ਨੇ। ਸੋ ਅੱਜ ਆਪਾਂ ਤਕਰੀਬਨ 5 ਚੀਜ਼ਾਂ ਦੀ ਸਾਂਝ ਪਾਵਾਂਗੇ, ਜੇ ਸਾਡੇ ਰਸੋਈ ਘਰ ਦੇ ਵਿੱਚ ਜਾਂ ਸਾਡੇ ਆਪਣੇ ਘਰ ਦੇ ਵਿੱਚ ਮਿੱਟੀ ਦੀਆਂ ਬੜੀਆਂ ਚੀਜ਼ਾਂ ਵਾਪਸ ਆ ਜਾਣ, ਤਾਂ ਇੱਕ ਬਹੁਤ ਵੱਡੀ ਮਦਦ, ਬਹੁਤ ਜ਼ਿਆਦਾ ਫਾਇਦੇ ਸਾਡੀ ਜ਼ਿੰਦਗੀ ਦੇ ਵਿੱਚ ਆ ਕੇ ਜੁੜ ਜਾਣਗੇ। ਸਭ ਤੋਂ ਪਹਿਲੀ ਚੀਜ਼ ਹੈ ਸਾਡੇ ਰਸੋਈ ਘਰ ਦੇ ਵਿੱਚ ਜਿਹੜੀ ਵਾਪਸ ਆਉਣੀ ਚਾਹੀਦੀ ਹੈ, ਉਹ ਹੈ ਦੌਰੀ ਡੰਡਾ। ਮਿੱਟੀ ਤੋਂ ਬਣੀ ਹੋਈ ਦੌਰੀ, ਇਸ ਦੇ ਸੈਂਕੜੇ ਫਾਇਦੇ ਸਨ। ਅੱਜ ਉਸ ਦੀ ਥਾਂ ਸਾਡੇ ਘਰਾਂ ਦੇ ਵਿੱਚ ਮਿਕਸਰ ਨੇ ਲੈ ਲਈ ਹੈ, ਗ੍ਰਾਈਂਡਰ ਨੇ ਲੈ ਲਈ ਹੈ, ਜਾਂ ਬਲੈਂਡਰ ਨੇ ਲੈ ਲਈ ਹੈ। ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਜਦੋਂ ਸਬਜ਼ੀ ਦੇ ਤੜਕੇ ਦਾ ਪ੍ਰਬੰਧ ਕਰਿਆ ਕਰਦੇ ਸਨ, ਤਾਂ ਆਪਣਾ ਗੰਢਾ ਟੋਟਾ ਕਹਿ ਦਿੰਦੇ ਸੀ। ਉਹਦੇ ਵਿੱਚ ਪਿਆਜ਼ ਹੁੰਦਾ ਸੀ, ਉਹਦੇ ਵਿੱਚ ਲਹਿਸੁਨ ਹੁੰਦਾ ਸੀ, ਮਿਰਚ ਮਸਾਲੇ ਹੁੰਦੇ ਸੀ, ਕਈ ਤਰੀਕੇ ਦੀਆਂ ਚੀਜ਼ਾਂ ਉਹਦੇ ਵਿੱਚ ਪਾ ਕੇ ਉਸਨੂੰ ਕਿੰਨਾ ਕਿੰਨਾ ਟਾਈਮ ਰਗੜਦੇ ਰਹਿੰਦੇ ਸੀ। ਸੋ ਉਸ ਚੀਜ਼ ਦਾ ਨੁਕਸਾਨ ਕੋਈ ਨਹੀਂ ਸੀ ਜੇ ਉਸ ਮਸਾਲੇ ਦੇ ਵਿੱਚ ਕੋਈ ਚੀਜ਼ ਜੁੜਦੀ ਸੀ। ਇੱਕ ਪਾਸੇ ਤਾਂ ਉਹਦੇ ਲੱਕੜ ਦਾ ਬਣਿਆ ਹੋਇਆ ਡੰਡਾ ਹੁੰਦਾ ਸੀ, ਤੇ ਦੂਜੇ ਪਾਸੇ ਮਿੱਟੀ ਤੋਂ ਤਿਆਰ ਕੀਤੀ ਹੋਈ ਦੌਰੀ ਹੁੰਦੀ ਸੀ। ਸੋ ਉਸ ਚੀਜ਼ ਦਾ ਨੁਕਸਾਨ ਕੋਈ ਨਹੀਂ ਸੀ। ਮਿੱਟੀ ਦਾ ਤੇ ਲੱਕੜ ਦਾ ਸਾਡੀ ਜ਼ਿੰਦਗੀ 'ਚ ਕੋਈ ਫਾਇਦਾ ਹੋ ਸਕਦਾ, ਨੁਕਸਾਨ ਕੋਈ ਨਹੀਂ ਹੁੰਦਾ। ਸੋ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਰਸੋਈ ਘਰ ਦੇ ਵਿੱਚ ਜੇ ਆਪਾਂ ਬਲੈਂਡਰ, ਮਿਕਸਰ, ਗ੍ਰਾਈਂਡਰ ਦਾ ਇਸਤੇਮਾਲ ਘੱਟ ਕਰਕੇ ਦੁਬਾਰਾ ਤੋਂ ਦੌਰੀ ਡੰਡੇ ਵਾਲੇ ਪਾਸੇ ਆ ਜਾਈਏ, ਤਾਂ ਸਾਡੀ ਸਿਹਤ ਦੇ ਵਿੱਚ ਤੇ ਡਾਕਟਰਾਂ ਦੀ ਫੀਸ ਵਾਲੇ ਪਾਸਿਓਂ ਸਾਡਾ ਖਿਹੜਾ ਛੁੱਟ ਸਕਦਾ ਹੈ, ਸਿਹਤ ਦੇ ਵਿੱਚ ਵਾਧਾ ਦਿਸੇਗਾ। ਪਰ ਗੱਲ ਕੀ ਹੈ, ਬਲੈਂਡਰ ਮਿਕਸਰ ਸਮਾਂ ਘੱਟ ਲੈਂਦਾ ਹੈ ਤੇ ਦੌਰੀ ਡੰਡੇ ਤੇ ਸਮਾਂ ਜ਼ਿਆਦਾ ਲੱਗਦਾ ਹੈ। ਇਹੀ ਕਾਰਨ ਹੈ ਦੌੜ ਭੱਜ ਦੇ ਸਮੇਂ ਵਿੱਚ ਅਸੀਂ ਦੂਜੇ ਪਾਸੇ ਨੂੰ ਹੋ ਤੁਰੇ ਹਾਂ। ਦੂਜੀ ਚੀਜ਼ ਹੈ, ਉਹ ਹੈ ਚਾਟੀ ਜਾਂ ਕਾੜਨੀ। ਸਾਨੂੰ ਸਾਰਿਆਂ ਨੂੰ ਪਤਾ ਕਿ ਉਦੋਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕੀ ਕੜਿਆ ਹੋਇਆ ਦੁੱਧ ਬਹੁਤ ਪਸੰਦ ਕਰਦੇ ਸੀ। ਅੱਜ ਤਾਂ ਡਾਕਟਰ ਹੀ ਮਨਾ ਕਰ ਦਿੰਦੇ ਆ ਕਿ ਇਹ ਦੁੱਧ ਨਾ ਪੀਓ, ਦੁੱਧ ਛੱਡ ਦਿਓ, ਇਹਦੇ ਨਾਲ ਯੂਰਿਕ ਐਸਿਡ ਵੱਧ ਜਾਵੇਗਾ, ਇਹਦੇ ਨਾਲ ਫਲਾਣੀ ਚੀਜ਼ ਦੀ ਕਮੀ ਆ ਜਾਵੇਗੀ, ਫਲਾਣਾ ਨੁਕਸਾਨ ਹੋ ਜਾਵੇਗਾ। ਪਰ ਜਿਹੜੇ ਲੋਕ ਅੱਜ ਵੀ ਦੁੱਧ ਪੀਂਦੇ ਨੇ, ਉਹ ਚਾਟੀ ਕਾੜਨੀ ਦੀ ਮਦਦ ਨਹੀਂ ਲੈਂਦੇ। ਉਹ ਆਪਣੇ ਸਿਲਵਰ ਦੇ ਜਾਂ ਕਿਸੇ ਸਟੀਲ ਦੇ ਜਾਂ ਕੋਈ ਨਵੀਂ ਕਿਸਮ ਦੇ ਬਰਤਨ ਆ ਗਏ ਨੇ, ਉਹਨਾਂ ਦੇ ਵਿੱਚ ਉਬਾਲਾ ਦਵਾ ਕੇ ਤੇ ਨਾਲ ਦੀ ਨਾਲ ਉਸਨੂੰ ਜਿਹੜਾ ਹੈ ਇਸਤੇਮਾਲ ਕਰ ਲੈਂਦੇ ਨੇ। ਜੇਕਰ ਚਾਟੀ ਜਾਂ ਕਾੜਨੀ ਦੁਬਾਰਾ ਸਾਡੇ ਰਸੋਈ ਘਰਾਂ ਦੇ ਵਿੱਚ ਆ ਜਾਵੇ, ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਹਾਰੇ ਬਣੇ ਹੁੰਦੇ ਸਨ, ਆਲੇ ਬਣੇ ਹੁੰਦੇ ਸਨ, ਉਹਨਾਂ ਦੇ ਵਿੱਚ ਸਾਰਾ ਸਾਰਾ ਦਿਨ ਦੁੱਧ ਕੱਢਦਾ ਰਹਿੰਦਾ ਸੀ, ਉਬਲਦਾ ਰਹਿੰਦਾ ਸੀ, ਥੱਲੇ ਕੋਲੇ ਪਏ ਹੁੰਦੇ ਸੀ। ਇਹੀ ਕਾਰਨ ਸੀ ਕਿ ਪੁਰਾਣੇ ਜਿਹੜੇ ਬਜ਼ੁਰਗ ਸਨ, ਉਹ ਕਹਿੰਦੇ ਸਨ ਕਿ ਅਸੀਂ ਪੁਰਾਣੀਆਂ ਖੁਰਾਕਾਂ ਖਾਧੀਆਂ। ਖੁਰਾਕਾਂ ਉਹੀ ਸਨ, ਪਰ ਉਹਨਾਂ ਦੇ ਤੌਰ ਤਰੀਕੇ ਚੰਗੇ ਸਨ। ਉਹ ਜਿਸ ਚੀਜ਼ ਨੂੰ ਵੀ ਰਿੰਨ ਦੇ ਬਣਾਉਂਦੇ ਸਨ, ਉਹਦੇ ਪੌਸ਼ਟਿਕ ਤੱਤ ਉਵੇਂ ਦੀ ਉਵੇਂ ਮੌਜੂਦ ਰਹਿੰਦੇ ਸਨ, ਬਲਕਿ ਵੱਧ ਕੇ ਅਸਰ ਕਰਦੇ ਹੋਣਗੇ। ਤੇ ਅੱਜ ਕੱਲ੍ਹ ਚੀਜ਼ਾਂ ਚਾਹੇ ਉਹੀ ਨੇ, ਪਰ ਅਸਰ ਉਹਨਾਂ ਦੇ ਮਾੜੇ ਹੋ ਗਏ ਨੇ। ਅਸਰ ਮਾੜੇ ਇਸ ਕਰਕੇ ਨੇ ਕਿਉਂਕਿ ਸਾਨੂੰ ਉਸ ਚੀਜ਼ ਨੂੰ ਵਰਤਣਾ ਨਹੀਂ ਆਉਂਦਾ, ਉਸਦਾ ਲਾਹਾ ਲੈਣਾ ਨਹੀਂ ਆਉਂਦਾ। ਤੀਜੀ ਚੀਜ਼ ਹੈ ਸਾਡੇ ਰਸੋਈ ਘਰ ਦੇ ਵਿੱਚ ਮਿੱਟੀ ਦੀ ਹਾਂਡੀ, ਜੋ ਅੱਜ ਤੋਂ 10-15 ਸਾਲ ਪਹਿਲਾਂ, 20 ਸਾਲ ਪਹਿਲਾਂ ਰਸੋਈ ਘਰਾਂ ਦੇ ਵਿੱਚੋਂ ਜਾ ਚੁੱਕੀ ਹੈ, ਪਰ ਡਾਕਟਰਾਂ ਦੀ ਰਾਏ ਨਾਲ ਕਿਤੇ ਕਿਤੇ ਦੁਬਾਰਾ ਆਉਣ ਲੱਗ ਪਈ ਹੈ। ਕਹਿੰਦੇ ਨੇ ਜਿਹੜੀ ਸਬਜ਼ੀ ਮਿੱਟੀ ਦੀ ਹਾਂਡੀ ਵਿੱਚ ਬਣੀ ਹੋਵੇਗੀ, ਇੱਕ ਤਾਂ ਉਸਦਾ ਸਵਾਦ ਵੱਖਰਾ ਹੋਵੇਗਾ, ਉੱਤੋਂ ਸਭ ਤੋਂ ਵੱਧ ਪੌਸ਼ਟਿਕ ਖਾਣਾ ਉਹੀ ਹੁੰਦਾ ਹੈ, ਉਹੀ ਸਬਜ਼ੀ ਹੁੰਦੀ ਹੈ ਜਿਹੜੀ ਮਿੱਟੀ ਦੀ ਹਾਂਡੀ ਵਿੱਚ ਬਣੀ ਹੋਵੇ। ਸਾਊਥ ਇੰਡੀਆ ਦੇ ਵਿੱਚ ਜਾਓ ਤਾਂ ਇਸਦਾ ਇਸਤੇਮਾਲ ਅੱਜ ਵੀ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲਦਾ ਹੈ। ਪਾਕਿਸਤਾਨ ਵਿੱਚ ਚਲੇ ਜਾਓ, ਉੱਥੇ ਬਹੁਤ ਸਾਰੇ ਲੋਕ ਅੱਜ ਵੀ ਇਸਤੇਮਾਲ ਕਰਦੇ ਨੇ। ਉਹ ਕਹਿੰਦੇ ਨੇ ਕਿਸੇ ਹੋਰ ਭਾਂਡੇ ਦੇ ਵਿੱਚ ਜੇ ਸਬਜ਼ੀ ਬਣਾਵਾਂਗੇ ਤਾਂ ਉਸਦਾ ਸਵਾਦ ਹੋ ਹੀ ਨਹੀਂ ਸਕਦਾ। ਸੋ ਡਾਕਟਰ ਵੀ ਇਹ ਸਲਾਹ ਦਿੰਦੇ ਨੇ ਕਿ ਜੇਕਰ ਮਿੱਟੀ ਦੀ ਹਾਂਡੀ, ਮਿੱਟੀ ਦੇ ਭਾਂਡੇ ਵਰਤੇ ਜਾਣ, ਸਵਾਦ ਦੁੱਗਣਾ ਚੌਗਣਾ ਆਵੇਗਾ, ਪੌਸ਼ਟਿਕ ਤੱਤ ਵੀ ਮੌਜੂਦ ਰਹਿਣਗੇ। ਅਗਲੀ ਚੀਜ਼ ਹੈ ਮਿੱਟੀ ਦਾ ਘੜਾ। ਅੱਜ RO ਆ ਗਿਆ, ਅੱਜ ਫਿਲਟਰ ਆ ਗਿਆ, ਬਹੁਤ ਸਾਰੇ ਲੋਕ ਪਾਣੀ ਫਿਲਟਰ ਕਰਕੇ ਪੀਣ ਦੀ ਸਲਾਹ ਦਿੰਦੇ ਨੇ। ਪਰ ਇੱਕ ਚੀਜ਼ ਤੁਸੀਂ ਦੇਖੀ ਹੋਵੇਗੀ, ਕਈ ਵਾਰ ਕਿਸੇ ਨੂੰ ਦਿੱਕਤ ਆ ਜਾਂਦੀ ਹੈ ਨਾ, ਤਾਂ
ਇਹ ਵੀ ਅਕਸਰ ਸੁਣਨ ਨੂੰ ਮਿਲਦਾ ਕਿ ਇਹ ਇਹਨਾਂ ਦੇ ਘਰ ਦਾ ਪਾਣੀ ਜ਼ਿਆਦਾ ਫਿਲਟਰ ਹੁੰਦਾ ਸੀ, ਜਿਹੜੇ ਜ਼ਰੂਰੀ ਤੱਤ ਸਾਡੇ ਸਰੀਰ ਨੂੰ ਚਾਹੀਦੇ ਸੀ ਜਿਹਨੂੰ ਮਿਨਰਲਸ ਕਹਿੰਦੇ ਅੰਗਰੇਜ਼ੀ ਦੇ ਵਿੱਚ, ਉਹ ਤਾਂ ਇਹਦੇ ਪਾਣੀ ਤੋਂ ਫਿਲਟਰ ਬਾਹਰ ਕੱਢ ਦਿੰਦਾ। ਹੁਣ ਡਾਕਟਰਾਂ ਨੇ ਇਹਨੂੰ ਸਲਾਹ ਦਿੱਤੀ ਹੈ ਕਿ ਭਾਈ ਤੂੰ ਸਾਦਾ ਪਾਣੀ ਪੀ, ਘੜੇ ਦਾ ਪਾਣੀ ਪੀ। ਸੋ ਇਸ ਤੋਂ ਬਿਹਤਰ ਇਹੀ ਹੈ ਕਿ ਜੇ ਆਪਾਂ ਡਾਕਟਰ ਦੀ ਸਲਾਹ ਡਾਕਟਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੰਨ ਲਈਏ, ਜੇ ਆਪਾਂ ਖੁਦ ਹੀ ਆਪਣੇ ਘਰ ਵਿੱਚ ਇੱਕ ਘੜਾ ਲਿਆ ਕੇ ਰੱਖ ਲਈਏ, ਚਲੋ ਸਾਰਾ ਦਿਨ ਉਸ ਤੋਂ ਪਾਣੀ ਪੀਣਾ ਸੰਭਵ ਨਹੀਂ, ਦੋ ਕੁ ਵਾਰੀ ਤਾਂ ਪੀ ਸਕਦੇ ਹਾਂ। ਅੱਜ ਬਹੁਤ ਸਾਰੇ ਡਾਕਟਰ ਇਹ ਰਾਏ ਦੇਣ ਲੱਗ ਪਏ ਨੇ ਤੇ ਖੁਦ ਬਹੁਤ ਸਾਰੇ ਡਾਕਟਰ ਆਰਓ ਦਾ ਪਾਣੀ ਛੱਡ ਕੇ ਘੜੇ ਵਾਲੇ ਪਾਣੀ ਦੇ ਪਾਸੇ ਆ ਗਏ ਨੇ, ਉਸਦਾ ਲਾਹਾ ਲੈ ਰਹੇ ਨੇ। ਅੱਜ ਦੀ ਅੰਤਲੀ ਚੀਜ਼ ਜਿਹੜੀ ਮਿੱਟੀ ਤੋਂ ਬਣੀ ਹੋਈ ਆਪਾਂ ਇਸਤੇਮਾਲ ਕਰਨੀ ਹੈ, ਉਹ ਦੀਵਾ। ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਮਿੱਟੀ ਦਾ ਦੀਵਾ, ਉਹਦੇ ਵਿੱਚ ਸਰੋਂ ਦਾ ਤੇਲ ਜਦੋਂ ਬਲਦਾ ਹੈ ਹਵਾ ਦੇ ਵਿੱਚ, ਜਿਹੜੀ ਆਪਣੇ ਆਪਾਂ ਲੈਣੀ ਹੈ ਜਿਹੜੀ ਆਕਸੀਜਨ, ਉਹਦੇ ਵਿੱਚ ਉੱਤੋਂ ਕੁਛ ਐਸੀਆਂ ਗੈਸਾਂ ਉਤਪੰਨ ਹੁੰਦੀਆਂ ਹੋਣਗੀਆਂ ਜਿਹੜੀਆਂ ਸਾਡੀ ਸਿਹਤ ਲਈ ਲਾਭਦਾਇਕ ਹੁੰਦੀਆਂ ਨੇ। ਜਾਂ ਇਸ ਤਰ੍ਹਾਂ ਕਰੋ ਕਿ ਸਾਡੇ ਹਵਾ ਦੇ ਵਿੱਚ ਜਿਹੜੇ ਹਾਨੀਕਾਰਕ ਤੱਤ ਨੇ ਉਹ ਇਸ ਤਰੀਕੇ ਨਾਲ ਮਿੱਟ ਜਾਂਦੇ ਨੇ, ਘੱਟ ਜਾਂਦੇ ਨੇ। ਇਹੀ ਕਾਰਨ ਸੀ ਪੁਰਾਣੇ ਬਜ਼ੁਰਗਾਂ ਦੇ ਸਰਾਣੇ ਸਾਰੀ ਸਾਰੀ ਰਾਤ ਦੀਵੇ ਬਲਦੇ ਰਹਿੰਦੇ ਸੀ, ਉਹਨਾਂ ਦੀ ਉਮਰ ਵੀ ਲੰਮੀ ਹੁੰਦੀ ਸੀ। ਅੰਤ ਵਾਲੇ ਸਮੇਂ ਤੱਕ ਬਹੁਤਿਆਂ ਨੂੰ ਕਦੇ ਵੀ ਅੱਖਾਂ ਦੀ ਸਮੱਸਿਆ ਨਹੀਂ ਸੀ ਆਉਂਦੀ, ਐਨਕਾਂ ਨਹੀਂ ਸੀ ਲੱਗਦੀਆਂ, ਅਤੇ ਉਹਨਾਂ ਦੀ ਅੰਤ ਵਾਲੀ ਉਮਰ ਤੱਕ ਵੀ ਉਹ ਕੰਮ ਕਰਦੇ ਰਹਿੰਦੇ ਸਨ ਜਦੋਂ ਉਹਨਾਂ ਦੇ ਪ੍ਰਾਣ ਜਾਂਦੇ ਸਨ। ਤੁਸੀਂ ਦੇਖਿਆ ਹੋਵੇਗਾ 90-90 ਸਾਲ ਦੇ ਹੋ ਕੇ ਵੀ ਇਸ ਤਰ੍ਹਾਂ ਕੰਮ ਕਰਦੇ ਨੇ, ਜਿਹੜਾ ਕੰਮ ਅੱਜ ਦੇ ਜਵਾਨਾਂ ਤੋਂ ਵੀ ਨਹੀਂ ਹੁੰਦਾ। ਸੋ ਇਹਨਾਂ ਪੰਜ ਚੀਜ਼ਾਂ 'ਤੇ ਗੌਰ ਕਰਿਓ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ, ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ।